मतलब कि मैं उन्होंने तो पूछती भी थोड़े मूवमेंट हो रही है ठीक है भी की खाना पसंद करते हो जो कोई मिठा नमकीन वैसे जजमेंट नाल ही बेटा बेटी कह दें डम्मी मशीन थी जिसके अंदर लिंग निर्धारित पता ही नहीं चल सकता और साथ में जैली साडा सौदा भी अर्थ होया ठीक है लेकिन ये तो है भी साडा जो पेशेंट डायरेक्ट इन्हें साढ़े पेशेंट को 10,000 रुपया लिया जिन्हें घर है हाँ इस घर से एक टैक्स कर 1,000 to 2,000 रुपया देते थले गए थले मैं सौंध बने ये जेली है जी ये मशीन है डम्मी माउस हो गया ये है मैं तो कुछ नहीं मैं हाउस वाइफ ही हूं मैं 12 बड़ी हूं बस से क्लब लेती है जी यार मेरी हाफ है वैसे मैं पहला मालिक हॉस्पिटल जॉब कर रही थी अब तो 2 साल पहला से मैनू 8:30 बजे मैं कुड़ियां नु डेली ट्यूशन छोड़ के आउंगी डेली सौरा पिंड को भी थे एक को भी आउंगी ठीक है वाली मैनू इनका कॉल आई है भी किले पैसे दे टेस्ट ले 3 रुपया कॉल कर दो टेस्ट2019 ਕਿੰਨੇ ਪੈਸੇ ਲੈਂਦੇ ਸੀ ਇੱਕ ਪੇਸ਼ੈਂਟ ਤੋਂ ਸਰ ਜਿਵੇਂ 10,000 ਲੈ ਲਿਆ ਅਗਲੇ ਨੇ 5,000 ਚ ਵੀ ਕਰੀ ਜਾਂਦੀ 2,000-2,500 ਵੀ ਦੇ ਦਿੰਦੇ ਹਸਬੰਡ ਦਾ ਐਕਸੀਡੈਂਟ ਹੋਇਆ ਸੀ 3 ਸਾਲ ਤੋਂ ਘਰੇ ਬੈੱਡ ਤੇ ਪਏ ਸੀ ਕੋਈ ਕਮਾਈ ਦਾ ਸਾਧਨ ਨਹੀਂ ਸੀ ਇਹ ਜਿਹੜਾ ਆਈਡੀਆ ਤੁਹਾਡੇ ਦਿਮਾਗ 'ਚ ਕਿੱਥੋਂ ਆਇਆ ਮੈਂ ਨਾ ਮਲਕੀਤ ਸਰ ਕੋਲੇ ਪੇਸ਼ੈਂਟ ਲੈ ਕੇ ਜਾਂਦੀ ਹੁੰਦੀ ਸੀ ਮਲਕੀਤ ਸਰ ਕੋਲ ਅਹਿਮਦਗੜ੍ਹ ਤੋਂ ਸੀਗੇ ਸਰ ਉਹ ਉਹਨਾਂ ਕੋਲ ਮੈਂ ਟੈਸਟ ਵਾਸਤੇ ਪੇਸ਼ੈਂਟ ਲੈ ਕੇ ਜਾਂਦੀ ਹੁੰਦੀ ਸੀ ਮਲਕੀਤ ਸਰ ਅਹਿਮਦਗੜ੍ਹ ਕੋਈ ਹਸਪੀਟਲ ਉਹਨਾਂ ਦਾ ਕੀ ਹੈ ਉਹਨਾਂ ਦਾ ਹਸਪੀਟਲ ਨਹੀਂ ਹੈਗਾ ਸਰ ਉਹ ਆਪਣੇ ਘਰ ਹੀ ਟੈਸਟ ਕਰਦੇ ਸੀਗੇ ਕਿੱਥੇ ਕ ਉਹ ਨਹਿਰ ਤੇ ਜੀ ਜਗੇੜੇ ਵਾਲੀ ਨਹਿਰ ਤੇ ਠੀਕ ਹੈ ਤੇ ਕਿੰਨੇ ਹੁਣ ਤੱਕ ਕਿੰਨੇ ਕਿ ਤੁਸੀਂ ਕੇਸ ਕਰਦੇ ਕਿੰਨੇ ਕੇਸ ਕਰਦੇ ਹੋ ਜੀ ਮੈਂ ਲੋਕਡਾਊਨ ਚ ਤਾਂ ਦਿਨ ਦੇ ਮਤਲਬ ਜਿਵੇਂ ਇੱਕ ਦਿਨ ਚੜ ਗਿਆ ਨਾ ਜਿਵੇਂ ਇੱਕ ਸਵੇਰੇ ਆ ਗਿਆ ਇੱਕ ਦੁਪਹਿਰੇ ਆ ਗਿਆ ਇੱਕ ਸ਼ਾਮੀ 2 or 3 ਵੀ ਫਿਰ ਹਫਤਾ ਹਫਤਾ 10-10 ਦਿਨ ਆਉਂਦੇ ਵੀ ਨਹੀਂ ਸੀਗੇ ਹੁਣ ਜਿਵੇਂ ਆ ਟਾਈਮ ਚੱਲ ਰਿਹਾ ਹੈ ਜਦੋਂ ਹੁਣ ਮਤਲਬ ਪੈਸੇ ਨਹੀਂ ਹੁੰਦੇ ਤਾਂ ਫਿਰ ਹਫਤਾ 10 ਦਿਨ ਜਾਂ ਮਹੀਨੇ ਬਾਅਦ ਵੀ ਇੱਕ ਅੱਧਾ ਉਹਨਾਂ ਨੂੰ ਕਿਵੇਂ ਦੱਸਦੇ ਸੀ ਕਿਹੜੀ ਭਾਸ਼ਾ 'ਚ ਵੀ ਮੁੰਡਾ ਜਾਂ ਕੁੜੀ ਆ ਮਤਲਬ ਕਿ ਮੈਨੂੰ ਤਾਂ ਪੁੱਛਦੀ ਸੀ ਵੀ ਤੁਹਾਡੇ ਮੂਵਮੈਂਟ ਹੋ ਰਹੀ ਹੈ ਠੀਕ ਹੈ ਵੀ ਕੀ ਖਾਣਾ ਪਸੰਦ ਕਰਦੇ ਹੋ ਜੋ ਕੋਈ ਮਿੱਠਾ ਨਮਕੀਨ ਵੈਸੇ ਜੱਜਮੈਂਟ ਨਾਲ ਹੀ ਬੇਟਾ ਬੇਟੀ ਕਹਿ ਦਿੰਦੇ ਸੀ ਅੱਛਾ ਫਿਰ ਉਹ ਅਬੋਰਸ਼ਨ ਕਿੱਥੇ ਕਰਵਾਉਂਦੇ ਅਬੋਰਸ਼ਨ ਮੈਂ ਨਹੀਂ ਕਰਵਾਉਂਦੀ ਸੀ ਮੈਂ ਤਾਂ ਸਿਰਫ ਟੈਸਟ ਅਬੋਰਸ਼ਨ ਉਹ ਕਰਵਾਉਂਦੇ ਜਿਵੇਂ ਆਸ਼ਾ ਏਨਮ ਜੋ ਵੀ ਲੈ ਕੇ ਆਉਂਦੇ ਸੀ ਉਹ ਕਰਵਾਉਂਦੇ ਸੀ ਜਿਵੇਂ ਹੁਣ ਤੁਹਾਡੇ ਤੇ FIR ਦਰਜ ਹੋਏਗੀ ਤੁਹਾਨੂੰ ਪਛਤਾਵਾ ਹੈਗਾ ਕਿੱਥੇ ਦਰਜ ਹੈ ਬਹੁਤ ਪਛਤਾਵਾ ਹੈ ਮੈਂ ਰਮੇਸ਼ ਦਾ ਡਾਇਰੈਕਟਰ ਸਪੀਡ ਨੈਟਵਰਕ ਚੰਡੀਗੜ੍ਹ ਮੇਰੀ ਇੱਕ ਪ੍ਰਾਈਵੇਟ ਏਜੰਸੀ ਹੈਗੀ ਹੈ ਤੇ ਅਸੀਂ ਲੋਕ ਮਾਰਕੀਟ ਦੇ ਸਰਵੇ ਕਰਦੇ ਹਾਂ ਜਿਹੜੇ ਵੀ ਇਹੋ ਜਿਹੇ ਇਲੀਗਲ ਐਕਟੀਵਿਟੀਜ਼ ਕਰਦੇ ਆ ਲਿੰਗ ਨਿਰਧਾਰਿਤ ਟੈਸਟ ਕਰਦੇ ਤੇ ਅਸੀਂ ਡਿਪਾਰਟਮੈਂਟ ਨੂੰ ਨਾਲ ਲੈ ਕੇ ਰੇਡਸ ਕਰਾ ਕੇ ਆਉਂਦੇ ਹਾਂ ਅੱਜ ਤੁਸੀਂ ਤੇ ਅੱਜ ਅਸੀਂ ਜਿਹੜੀ ਹੈਗੀ ਹਰਿਆਣਾ ਤੋਂ ਪੰਚਕੂਲਾ ਤੋਂ ਇੱਕ ਟੀਮ ਨੂੰ ਲੈ ਕੇ ਜਿਹੜੀ ਹੈਗੀ ਹੈ ਸਾਡੀ ਟੀਮ ਪੰਚਕੂਲਾ ਤੋਂ ਹੈਲਥ ਡਿਪਾਰਟਮੈਂਟ ਹਰਿਆਣਾ ਗਵਰਨਮੈਂਟ ਵੱਲੋਂ ਅੱਜ ਆ ਕੇ ਪੰਜਾਬ ਦੇ ਵਿੱਚ ਬਹੁਤ ਬੜਾ ਆਪਰੇਸ਼ਨ ਕੀਤਾ ਬਹੁਤ ਸਮੇਂ ਤੋਂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇੱਥੇ ਇਸ ਪਿੰਡ ਦੇ ਵਿੱਚ ਇੱਕ ਲੇਡੀ ਹੈਗੀ ਹੈ ਜਿਹੜੀ ਕਿ ਕਾਫੀ ਬੜੇ ਲੈਵਲ ਤੇ ਇਹਦੇ ਕੋਲ 15-16 ਏਜੰਟ ਹੈ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿ ਇਹ ਲਿੰਗ ਨਿਰਧਾਰਿਤ ਟੈਸਟ ਕਰਦੇ 20 to 25,000 ਰੁਪਏ ਦੀ ਰਕਮ ਲੈ ਕੇ ਅੱਜ ਅਸੀਂ ਟੀਮ ਦੇ ਨਾਲ ਪੰਜਾਬ ਦੀ ਡਿਪਾਰਟਮੈਂਟ ਨੂੰ ਵੀ ਅਸੀਂ ਇੱਥੇ ਬੁਲਾਇਆ ਅਤੇ ਨਾਲ ਰੇਡ ਕੀਤੀ ਹੈ ਅਤੇ ਮੌਕੇ 'ਤੇ ਜਿਹੜਾ ਹੈਗਾ ਜੀ ਆਪਣਾ ਇੱਕ ਡੰਮੀ ਪੇਸ਼ੈਂਟ ਭੇਜਿਆ ਸੀ ਉਹਨੂੰ ਵੀ ਕਰੰਸੀ ਵਗੈਰਾ ਦੇ ਕੇ ਅਤੇ ਅੱਜ ਇਹਨੂੰ ਲੇਡੀ ਨੂੰ ਜਿਹੜੀ ਸੀਗੀ ਉਹ ਮੌਕੇ 'ਤੇ ਚੈੱਕ ਕਰਦੇ ਫੜਿਆ ਅਤੇ ਇਹਦੇ ਕੋਲ ਰਿਕਵਰੀ ਵੀ ਹੋ ਗਈ ਹੈ ਪਰ ਮਜ਼ੇ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਮਸ਼ੀਨ ਨਾਲ ਚੈੱਕ ਕਰਦੀ ਹੈ ਡੰਮੀ ਮਸ਼ੀਨ ਹੈ ਅੱਜ ਤੱਕ ਲਗਭਗ ਜੋ ਆਪਣੇ ਸਟੇਟਮੈਂਟ ਦੇ ਹਿਸਾਬ ਦੇ ਨਾਲ 1,000-1,500 ਪੇਸ਼ੈਂਟ ਦੱਸ ਚੁੱਕੀ ਹੈ ਕਿ ਮੈਂ ਕਰ ਚੁੱਕੀ ਹਾਂ ਅਤੇ ਸਾਰਿਆਂ ਨੂੰ ਜਿਹੜਾ ਹੈਗਾ ਇਹਨੇ ਗਲਤ ਹੀ ਹੋਣਾ ਦੱਸਿਆ ਔਰ ਲਗਭਗ ਸਾਰੇ ਲੋਕਾਂ ਨੇ ਜਿਹੜਾ ਹੈਗਾ ਵੋਟ ਕਰਵਾਇਆ ਬਹੁਤ ਬੜਾ ਜੁਰਮ ਕੀਤਾ ਅਤੇ ਬਾਕੀ ਜਿਹੜੀ ਕਾਰਵਾਈ ਹੈਗੀ ਹੈ ਪੰਚਕੂਲਾ ਜਿਹੜੀ ਹੈਲਥ ਡਿਪਾਰਟਮੈਂਟ ਤੋਂ ਟੀਮ ਹੈ ਹਰਿਆਣਾ ਸਰਕਾਰ ਵੱਲੋਂ ਆਈ ਹੋਈ
ਉਹ ਜਿਹੜੀ ਹੈਗੀ ਆ ਉਹ ਕਰਾਉਣਗੇ ਤੇ ਨਰਸਾ ਬਰਾਬਰ ਦੇ ਨਾਲ ਹੋਰ ਕੀ ਰਿਕਵਰ ਹੋਏਗੀ ਇਹਨਾਂ ਦੇ ਨਾਲ ਜੀ ਮਸ਼ੀਨ ਦੇ ਨਾਲ ਜਿੰਨੇ ਵੀ ਹੋਰ ਇਨਸਟਰੂਮੈਂਟਸ ਵਗੈਰਾ ਹੁੰਦੇ ਆ ਗਮ ਹੁੰਦੀ ਆ ਇਹਦੇ ਟੋਟਲ ਡੰਮੀ ਤੇ ਉਹ ਕਾਫੀ ਰਿਕਵਰੀ ਨੋਟਾਂ ਦੀ ਰਿਕਵਰੀ ਹੋਈ ਹੈ ਅੱਛਾ ਜਿਹੜੇ ਤੁਹਾਡੇ ਵੱਲੋਂ ਦੇਖੇ ਜੀ 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 ਹੁਣ ਬਾਕੀ ਜਿਹੜੇ ਹੈਗੇ ਜੀ ਉਹ ਡਾਕਟਰ ਸਾਹਿਬ ਜ਼ਿਆਦਾ ਵਧੀਆ ਦੱਸਣਗੇ ਸਾਨੂੰ ਡਿਪਲੀ ਡਾਕਟਰ ਵਿਕਾਸ ਗੁਪਤਾ ਨੋਡਲ ਆਫੀਸਰ PNDT ਪੰਚਕੂਲਾ ਅੱਜ ਹਮਨੇ ਇਸ ਗਾਮ ਮੇ ਗ੍ਰੇਡ ਕੀ ਹੈ ਜਿਸਕੇ ਅੰਦਰ ਹਮਨੇ ਇੱਕ ਡਿਕੋਏ ਪੇਸ਼ੈਂਟ ਭੇਜਾ ਥਾ हमें काफ़ी टाइम से इन्फॉर्मेशन मिली थी हमारे पंचकूला का पेशेंट यहाँ से लिंग जांच करा रहे हैं और आज हमने जॉइंट रमेश दत्त जी के साथ एक रेड ऑपरेट की है जिसके अंदर ये लेडी मौके पे रंगे हाथों पकड़ी गई और हमारे जितने भी पैसे दिए गए थे सारे पकड़े और एक डम्मी मशीन थी जिसके अंदर लिंग निर्धारित पता ही नहीं चल सकता और साथ में जेली और एक माउस ये पकड़ा है अभी यहाँ की दूरी टीम आ चुकी है अब जॉइंट ऑपरेशन करके FIR लॉज कराई गई डॉक्टर इंद्रजीत सिंह साहब मैं DIPO संगरूर ड्यूटी लगी थी सवेरे इन्हों का टैलीफोनिकली मैसेज आया सी भी इधर बड़वाल साइड पर आए हुए हैं पर जो असं पहुंचे इन्होंने रेड रूट कर चुकी सी उदू बाद की कार्रवाई लिए असी सानू दस रहे भी की करना है वो असी साड़ी जारी है हाले ਕਿੱਦਾਂ FIR ਲਗਾਉਣੀ ਹੈ ਕਿਹੜੇ ਸੈਕਸ਼ਨ ਲਗਾਉਣੇ ਨੇ ਉਹ DA ਸਾਹਿਬ ਨੂੰ ਪੁੱਛ ਕੇ ਸਰਕਾਰੀ ਵਕੀਲ ਜਿਹੜੇ ਨੇ ਉਹ ਕਰਾਂ ਮਸ਼ੀਨ ਕੋਈ ਹੈ ਇਹਨਾਂ ਨੇ ਜਿਹੜੀ ਹੈਰਾਨੀ ਦੀ ਟੀਮ ਨੇ ਫੜੀ ਹੈ ਸੌ ਕਾਲਡ ਹੈਗੀ ਆ ਮਸ਼ੀਨ ਪਰ ਉਹ ਚਾਈਲਡ ਟੋਆਏ ਜਿਹੀ ਲੱਗਦਾ ਜਦੋਂ ਅਸੀਂ ਦੇਖੀ ਪਰ ਉਹ ਕਹਿੰਦੀ ਆ ਵੀ ਇਹਦੇ ਦੀ ਕਰ ਡੰਮੀ ਆ ਡੰਮੀ ਲੱਗਦਾ ਕਿ ਡੰਮੇਬਾਜ਼ੀ ਹੁੰਦੀ ਹੋ ਗਈ ਕਰਨ ਲਈ ਜਾਂ ਫਿਰ ਆਸ਼ਾ ਵਰਕਰ ਵੀ ਕੀਤੀ ਜਾਂਦੀ ਇਹਦੀ ਇਨਕੁਆਇਰੀ ਲਾਤੀ ਪੁਲਿਸ ਵੀ ਅਸੀਂ ਬੁਲਾ ਲਈ ਹੋਰ ਵੀ ਸਾਰੇ ਬੰਦੇ ਬੁਲਾ ਲਏ ਹਰਿਆਣੇ ਦੀ ਟੀਮ ਵਾਲੇ ਜਿਨ੍ਹਾਂ ਨੇ ਕੀਤਾ ਉਹ ਵੀ ਕਰਾ ਰਹੇ ਨੇ ਆਪਣੀ ਜਾਂਚ ਕੋਈ ਐਸ ਐਚ ਰੀਅਲ ਅਲਟਰਾਸਾਊਂਡ ਮਸ਼ੀਨ ਨਹੀਂ ਸਾਨੂੰ ਦਿਖੀ ਉਹ ਦੇਖਣ ਨੂੰ ਸਰ ਕੋਈ ਆਸ਼ਾ ਵਰਕਰ ਸੀ ਕਹਿ ਰਹੀ ਹੈ ਕੋਈ ਪੁਰਾਣੀ ਕਿਸੇ ਟਾਈਮ ਮੈਂ ਨੌਕਰੀ ਕੀਤੀ ਉਦੋਂ ਬਾਅਦ ਛੱਡ ਗਈ ਸੀ ਜਿਹੜੀ ਵੀ ਆਸ਼ਾ ਵਰਕਰਾਂ ਦੇ ਨਾਲ ਕੰਮ ਕਰ ਰਹੀਆਂ ਨਹੀਂ ਨਹੀਂ ਉਹ ਲੇਡੀ ਜਿਹੜੀ ਸੀਗੀ ਉਹੀ ਕਹਿ ਰਹੀ ਸੀ ਵੀ ਮੈਂ ਛੱਡਤਾ ਸੀ ਕੰਮ ਫਿਰ ਆਸ਼ਾ ਦਾ ਕੰਮ ਛੱਡਤਾ ਸੀ ਮੈਂ ਇੱਧਰ ਕਰਨ ਲੱਗ ਨਹੀਂ ਇਹਦੇ ਨਾਲ ਹੋਰ ਆਸ਼ਾ ਵਰਕਰ ਵੀ ਹੋਰ ਨਹੀਂ ਕੋਈ ਹਾਲੇ ਫਿਲਹਾਲ ਤੇ ਇਹਦੇ ਨਾਮ ਕਹਿ ਰਹੇ ਨੇ ਹਰਿਆਣੇ ਦੀ ਵੀ ਸਹਿਯੋਗ ਦਿੱਤਾ ਜਾ ਰਿਹਾ ਪੰਜਾਬ ਵਿੱਚ ਨਹੀਂ ਨਹੀਂ ਕੋਈ ਇਹ ਜੀ ਗੱਲ ਨਹੀਂ ਜਿੱਥੇ ਵੀ ਫੋਨ ਆਉਂਦਾ ਪਿਛਲੇ ਹਫਤੇ ਵੀ ਅਸੀਂ ਗਏ ਆ ਇੱਧਰ ਮੋਨਕ ਸਾਈਡ ਤੇ ਉਹ ਉਹਨਾਂ ਨੇ ਨਹੀਂ ਉਹਨਾਂ ਨੇ ਕੋਈ ਬੰਦਾ ਨਹੀਂ ਫੜਿਆ ਉਹਨਾਂ ਦੇ ਨਾਲ ਹੀ ਸੀਗੇ ਸਾਰੀਆਂ ਟੀਮਾਂ ਨਾਲ ਹੁੰਦੀਆਂ ਨੇ ਇਹ ਕੰਮ ਲਈ ਤਾਂ ਉਹ ਕੰਮ ਹੈ ਵੀ ਸਾਰਿਆਂ ਦਾ ਸਹਿਯੋਗ ਨਾਲ ਹੀ ਹੁੰਦਾ ਹੁੰਦਾ ਇਸ ਤਰ੍ਹਾਂ ਜੀ ਇਹ ਹੈਲਥ ਵਿਭਾਗ ਦੀ ਟੀਮ ਨੇ ਰੇਡ ਕੀਤੀ ਹੈ ਪਿੰਡ ਵਾੜਵਾਲ ਸਾਨੂੰ ਪਤਾ ਲੱਗਾ ਉੱਥੋਂ ਕੁਛ ਲਿੰਗ ਨਿਰਧਾਰਤ ਕਰਨ ਵਾਲੇ ਇੱਕ ਲੇਡੀਜ਼ ਇੱਕ ਜੈਂਟਸ ਫੜੇ ਨੇਗੇ ਉਹ ਸਾਨੂੰ ਕਾਰਵਾਈ ਲਿਖ ਕੇ ਦਿੰਦੇ ਨੇ ਆਪਣੀ ਜਿਹੜੀ ਵੀ ਕਾਰਵਾਈ ਸਾਨੂੰ ਲਿਖ ਕੇ ਦਿਓ ਹੈਲਥ ਵਿਭਾਗ ਪੰਚਕੂਲੇ ਵਾਲੀ ਟੀਮ ਉਹ ਹੀ ਅਸੀਂ ਕਾਰਵਾਈ ਅਮਲ 'ਚ ਲਿਆਦਾਂਗੇ ਅੱਗੇ ਕਾਰਵਾਈ ਕਰ ਦਾਂਗੇ ਹਾਂਜੀ ਇੱਕ ਡੰਮੀ ਮਸ਼ੀਨ ਦੱਸ ਰਹੇ ਨੇ ਵੀ ਜਿਹਦੇ ਨਾਲ ਉਹ ਲਿੰਗ ਦਾ ਟੈਸਟ ਕਰਦੇ ਸੀ ਅਸਲਾ ਨਕਲਾ ਜੀ ਲੱਗਦਾ ਕਿ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਸੀ ਹਾਂਜੀ ਹਾਂ ਬਿਲਕੁਲ ਮੂਰਖ ਬਣਾਇਆ ਜਾਂਦਾ ਸੀ ਅਤੇ ਆਸ਼ਾ ਵਰਕਰ ਵੀ ਸੀ ਹਾਂਜੀ ਪਹਿਲਾਂ ਉਹ 2008 ਤੋਂ ਲੈ ਕੇ 10 ਤੱਕ ਆਸ਼ਾ ਵਰਕਰ ਰਹੇ ਨੇ ਅਤੇ ਹੁਣ ਉਹ 11-12 ਤੋਂ ਇਹ ਕੰਮ ਕਰਦੇ ਆ ਰਹੇ ਨੇ ਕਿੰਨੇ ਪੈਸੇ ਲੈਂਦੇ ਸੀ ਕਿੰਨੇ ਪੈਸੇ ਦਿੱਤੇ ਗਏ ਸੀ ਇਹ ਜਿਹੜੇ ਹੈਲਥ ਵਿਭਾਗ ਵਾਲੇ ਨੇ ਭੇਜੇ ਨੇ ਆਪਣੇ ਇੰਪਲਾਈਜ਼ ਭੇਜਿਆ 10,000 ਰੁਪਏ ਦੇ ਵਿੱਚ ਉਹਨਾਂ ਨਾਲ ਸੌਦਾ ਹੋਇਆ ਸੀਗਾ ਟੈਸਟ ਕਰਨ ਦਾ ਉਹ 10,000 ਰੁਪਏ ਵੀ ਬਰਾਮਦ ਕਰਵਾਏ ਕੀ ਕਿਹਾ ਸੀ ਉਹਨੂੰ ਲੜਕਾ ਲੜਕੀ ਨਹੀਂ ਜੀ ਹਜੇ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹੈਲਥ ਵਿਭਾਗ ਟੀਮ ਨਹੀਂ ਪਤਾ ਉਹਦੇ ਨਾਲ ਜਿਹੜੇ ਹੋਰ ਆਸ਼ਾ ਵਰਕਰਾਂ ਨੇ ਉਹਨਾਂ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਗੱਲ ਇਹ ਆ ਸਰ ਅੱਗੇ ਪੜਤਾਲ ਕਰਕੇ ਜੋ ਵੀ ਸੱਚਾਈ ਆਊਗੀ ਸਾਹਮਣੇ ਦੌਰਾਨੇ ਤਫਤੀਸ਼ ਉਹਨਾਂ ਨੂੰ ਵਿੱਚ ਲਿਆ ਜਾਊਗਾ ਬਿਲਕੁਲ ਜੀ ਇਸ ਨੂੰ ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਸ਼ੁਕਰਾਚਾਰੀਆ ਮਾਂ ਕਾਲੀ ਉਪਾਸਕ ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਪ੍ਰੇਮ ਵਿਆਹ ਚ ਰੁਕਾਵਟ ਸੌਦਨ ਦੁਸ਼ਮਣ ਦਾ ਖਾਤਮਾ ਵਿਦੇਸ਼ ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98 729 0 14 31